बिस्मिल्ला दोस्तों आप देख रहे हैं इतफाक टीवी और मैं हूँ आपका दोस्त मंजूर अहमद दोस्तान की खिदमत दोस्तों हर रोज तो नहीं है और पुराने बाई शेड्यूल तो हैं कि जिस बई दी जिस दिन लगती है नवे दोस्तों तारफ है बई जिस की वीडियो लगा रहा जफर अली बलोच नाम में रहायश चक नंबर चार सौ चार गे तहसील जिला फैसलाबाद ਭਾਈ ਜ਼ਫਰ ਜੀ ਮਾਸ਼ਾਅੱਲਾ ਹਰ ਜੁਮੇ ਰਾਤ ਵਾਲੇ ਦਿਨ ਦੀ ਵੀਡੀਓ ਲੱਗਦੀ ਔਰ ਦੋਸਤ ਵਾਕਿਫ ਵੀ ਐਨ ਅੱਲਾਹ ਪਾਕ ਖੈਰ ਕਰੇ ਕਿ ਮਾਸ਼ਾਅੱਲਾ ਬੜੇ ਅੱਛੇ ਦੋਸਤਾਂ ਵਾਸਤੇ ਜਾਨਵਰ ਲੈ ਕੇ ਆਉਂਦੇ ਨੇ ਕੋਈ ਇੱਕ ਹਫਤੇ ਤੋਂ ਤਕਰੀਬਨ ਉਹਨਾਂ ਦੀ ਕੋਈ ਜ਼ਾਤੀ ਮਸਰੂਫੀਅਤ ਹੈ ਕੋਈ ਗਰੇਲੂ ਮਾਮਲਾ ਅੱਲਾਹ ਪਾਕ ਖੈਰ ਕਰੇ ਇਸ ਵਜ੍ਹਾ ਤੋਂ ਉਹ ਮਸਰੂਫ ਹਨ ਤੇ ਗਏ ਹੋਏ ਨੇ ਕਿਧਰ ਇੱਥੇ ਮੌਜੂਦ ਵੀ ਨਹੀਂ ਹਨ ਮੌਜੂਦ ਹੁੰਦੇ ਤੇ ਖੁਦ ਉਹ ਜਾਨਵਰ ਦਿਖਾਣ ਆਣ ਜਾਂ ਡਿਟੇਲ ਦੱਸਣ ਆਣ ਇਸ ਵਜ੍ਹਾ ਤੋਂ ਆਪਣਾ ਉਹਨਾਂ ਦੇ ਅਜ਼ੀਜ਼ ਵੀ ਹਨ ਸਮਝ ਲਓ ਬਾਈ ਹਨ ਇਹਨਾਂ ਨੇ ਜਾਨਵਰਾਂ ਦੀ ਡਿਟੇਲ ਦੱਸਣੀ ਹੈ ਅੱਲਾ ਪਾਕ ਖੈਰ ਕਰੇ ਇਹਨਾਂ ਕੋਲ ਡਿਟੇਲ ਪੁੱਛ ਲੈਣੇ ਆ ਕਿ ਤੇ ਬਾਕੀ ਬਾਈ ਜ਼ਫਰ ਦਾ ਨੰਬਰ ਉੱਪਰ ਵੀ ਮੌਜੂਦ ਹੈ ਤੇ ਮੈਂ ਵੀ ਦੱਸ ਦਿੰਦਾ 0345 7277404 ਇਹ WhatsApp ਤੇ ਲੋਕਲ ਨੰਬਰ ਹੈ ਬਾਈ ਜ਼ਫਰ ਦੇ ਹਰ ਜੁਮੇ ਰਾਤ ਦੀ ਵੀਡੀਓ ਲੱਗਦੀ ਅੱਜ ਜੁਮੇ ਰਾਤ ਦਾ ਦਿਨ ਹੈ ਤਾਰੀਖ ਹੈ 12 ਜਨਵਰੀ 2024 ਤੇ ਮਾਸ਼ਾਅੱਲਾ ਜਿਵੇਂ ਜਿਵੇਂ ਅੱਜ ਅੱਲਾ ਖੈਰ ਕਰੇ ਸੂਰਜ ਨੇ ਸਿਰ ਕੱਢਿਆ ਨਾ ਤੇ ਵਪਾਰੀ ਵੀ ਇਨਸ਼ਾਅੱਲਾ ਹੁਣ ਸ਼ੇਅਰ ਕਰਸਨ ਅਗਲੇ ਹਫਤੇ ਬਾਈ ਜ਼ਫਰ ਆਖਿਆ ਅੱਲਾ ਦੇ ਹੁਕਮ ਨਾਲ ਦੋਸਤਾਂ ਨੂੰ 6-7 ਮੱਝਾਂ ਵਖਾਣੀਆਂ ਇਨਸ਼ਾਅੱਲਾ ਬਾ ਫਜ਼ਲੇ ਖੁਦਾ ਬਰਹਾਲ ਅੱਜ ਦੇ ਜਾਨਵਰ ਸਿਰਫ ਦੋ ਮੱਝਾਂ ਟੋਕੜਾ ਮੱਝਾਂ ਬਿਲਕੁਲ ਆਪਣਾ ਦੋਸਤਾਂ ਵਾਸਤੇ ਘਰ ਰੱਖਣ ਵਾਲੀਆਂ ਸ਼ੌਕ ਵਾਲੀਆਂ ਵੀ ਹਨ ਤੇ ਟੋਕੜਾ ਦੁੱਧ ਵਾਲੀਆਂ ਵੀ ਹਨ ਇਨਸ਼ਾਅੱਲਾ ਦੋਸਤਾਂ ਜਾਨਵਰ ਦਿਖਾਣਾ ਮੇਰਾ ਨੰਬਰ 0341 84 54 600 ਬਾਕੀ ਆਪਣਾ ਬਾਈ ਜ਼ਫਰ ਦਾ ਨੰਬਰ ਉੱਪਰ ਵੀ ਮੌਜੂਦ ਹੈ ਦੋਸਤ ਸ਼ੌਕ ਨਾਲ ਰਾਬਤਾ ਕਰਕੇ ਖਰੀਦ ਸਕਦੇ ਹਾਂ ਜੀ ਜਾਨਵਰ ਦੋਸਤਾਂ ਨੂੰ ਦਿਖਾਣੇ ਆ ਜੀ ਇਹ ਲੈ ਨੰਬਰ ਤੇ ਜਾਨਵਰ ਦਿਖਾਰਨ ਆਸਿਫ ਮੀਆਂ ਦੱਸੋ ਜੀ ਇਹਦੀ ਡਿਟੇਲ ਦੋਸਤਾਂ ਨੂੰ ਦੱਸ ਡਾਉਣ ਭਾਈ ਜ਼ਫਰ ਤੇ ਹਨ ਕੋਈ ਨਹੀਂ ਇਹ ਭਾਈ ਜਾਨਾ ਜੀ 8-8 ਕਿਲੋ ਦੁੱਧ ਨੇ ਪੱਕਾ ਠੀਕ ਹੈ ਬਾੜੇ ਤੇ ਦੋਨਾਂ ਟਾਈਮ ਮਿਲਦੇ ਆ ਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਿਆ ਨਾ ਸੂਈ ਨੂੰ ਤੇ ਪਿਆਰੇ ਨਾ 8-9 ਇੱਕ ਮਹੀਨੇ ਹੋ ਗਏ 8-9 ਮਹੀਨੇ ਸੂਈ ਨੂੰ ਹੋ ਗਿਆ ਨਾ ਠੀਕ ਹੋ ਗਿਆ ਤੋਕੜ ਮੱਝ ਆ ਜੀ ਦੋਸਤਾਂ ਵਾਸਤੇ 8 ਤੋਂ 9 ਮਹੀਨਿਆਂ ਦੀ ਸੂਈ ਹੈ ਤੇ 7 ਤੋਂ 8 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਚੁਆਈ ਕਰਵਾ ਕੇ ਜਿਹੜਾ ਗੱਲਾਂ ਨਾਲ ਨਹੀਂ ਦੋਵਾਂ ਟਾਈਮ ਬਾੜੇ ਤੇ ਦੋਵੇਂ ਟਾਈਮ ਬਾੜੇ ਕੋਈ ਟੀਕਾ ਸ਼ਿਕਾਤ ਨਹੀਂ ਲਾਣਾ ਪਉਂਦਾ ਗੱਲਾਂ ਪੱਕੀਆਂ ਕਰਨੀਆਂ ਨੇ ਹੁਣ ਜ਼ਫਰ ਹੈ ਕੋਈ ਨਹੀਂ ਤੇ ਇਹ ਨਹੀਂ ਕਿ ਤੁਸੀਂ ਟੀਕਾ ਟੂਗਾ ਕੋਈ ਨਹੀਂ ਹੁੰਦਾ ਟੀਕਾ ਕੋਈ ਨਹੀਂ ਲਾਂਦੇ ਹੋ ਕੋਈ ਨਹੀਂ ਲਾਂਦੇ ਠੀਕ ਹੋ ਗਿਆ ਜੀ ਟੀਕਾ ਨਹੀਂ ਲਾਂਦੇ ਮਤਲਬ ਬਾੜੇ ਤੇ ਦੋਵਾਂ ਟਾਈਮ ਚੁਆਈ ਕਰਵਾ ਕੇ 7 ਤੋਂ 8 ਕਿਲੋ ਦੁੱਧ ਤੁਸੀਂ 7 ਹੀ ਲਾ ਲਈਏ ਜੀ ਬਹੁਤ ਕਰ ਲਓ ਤੁਸੀਂ ਪੱਕਾ 7 ਕਿਲੋ ਥਣਾ ਦੀ ਚੁਆਪ ਅਸਮਾਨ ਦੇ ਕੋਈ ਛੱਟਾ ਫਾਰ ਗਿਲਟੀ ਮਰੋੜੀ ਕੋ ਥਣ ਦਾ ਵਾਦ ਘਟ ਕੋਈ ਕਿਸੇ ਕਿਸਮ ਦਾ ਐਬ ਕੋਈ ਐਬ ਨਹੀਂ ਵੈਲ ਚਾਲ ਕੋਈ ਐ ਤਾਂ ਦੱਸ ਛੱਡੋ ਜਨਾ ਕੋਈ ਨਹੀਂ ਕੋਈ ਭਾਈ ਜਾਨ ਲੱਤੇ ਦੇ ਮਹਲ ਬਿਲਕੁਲ ਕਲੀਅਰ ਹੈ ਹੈ ਜੀ ਇਹ ਆਪਣਾ ਕੋਈ ਅੱਗੇ ਬਣੀ ਛਣੀ ਹੋਏ ਬਣੀ ਹੋਈ ਹੈ ਮਾਲਕਾਂ ਦੇ ਬਗਲਿਆਂ ਦਾ ਕਹਿਣਾ ਹੈ ਸਾਨੂੰ ਚੈੱਕ ਨਹੀਂ ਕਰਾਈ ਚੈੱਕ ਕੋਈ ਨਹੀਂ ਕਰਵਾਈ ਬਣੀ ਹੋਈ ਹੈ ਤੇ ਕੋਈ ਕਨਫਰਮ ਪਤਾ ਕੋਈ ਨਹੀਂ ਹੈ ਮਹੀਨਾ ਇੱਕ ਦਾ 10 ਦਿਨ ਸਵਾ ਮਹੀਨਾ ਠੀਕ ਹੋ ਗਿਆ ਜੀ ਮਹੀਨੇ ਸਵੇ ਦੀ ਉਹ ਵੀ ਇੱਕ ਨਸੀਬ ਦੀ ਗੱਲ ਹੈ ਜੇਕਰ ਨਿਕਲ ਪਵੇ ਤਾਂ ਠੀਕ ਹੋ ਗਿਆ ਜੀ ਦੂਜਿਆ ਵਾਰਾ ਸੂਈ ਹੋਈ ਹੈ ਤੇ ਤੀਜੇ ਵਾਸਤੇ ਬਣੀ ਹੋਈ ਹੈ ਉਹ ਵੀ ਕੋਈ ਸ਼ੱਕ ਵਾਲੀ ਗੱਲ ਹੈ ਅੱਗੇ ਨਸੀਬ ਹੈ ਜੇ ਨਿਕਲ ਆਵੇ ਤੇ ਕਿਸਮਤ ਪੁੜੀ ਵਾਲੀ ਗੱਲ ਹੈ ਜੀ ਆ ਨਸੀਬ ਹੈ ਅੱਲਾਹ ਪਾਕ ਖੈਰ ਕਰੇ ਮਾਜ ਦਾ ਮੂੰਹ ਸ਼ੋ ਵਿਖਾਓ ਖਬਲਾ ਮੂੰਹ ਪਕੜਾਂ ਦੀ ਹੈ 7 ਕਿਲੋ ਦੁੱਧ ਦੇ ਦੋਵਾਂ ਵੇਲਿਆਂ ਦਾ ਅੱਲਾਹ ਖੈਰ ਕਰੇ ਤੇ ਇਹਦੇ ਮੁੱਲ ਸੀ ਦੀ ਕੀ ਗੱਲ ਬਾਤ ਹੈ ਕਿ ਜ਼ਫਰ ਨਾਲ ਹੀ ਸਾਰੀਆਂ ਗੱਲਾਂ ਦੱਸਿਆ ਇਹਨੇ ਤੁਹਾਨੂੰ ਵੀ ਕਿੰਨਾ ਮੰਗਣਾ ਇਹਨੇ 2 ਲੱਖ 80 ਹਜ਼ਾਰ ਰੁਪਏ ਜੀ 2 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਹੈ ਤੇ ਕੀ ਉਹਦਾ ਚੁ ਕਮੀ ਬੇਸ਼ੀ ਉਹਨੇ ਆਪੇ ਹੀ ਕਰਨੀ ਹੈ ਕਿ ਕੋਈ ਉਹ ਵੀ ਦੱਸੀ ਨੇ ਵੀ ਨਿਕ ਕਰ ਛੱਡਿਆ ਹੈ ਉਹ ਜੀ ਪਿਆਰ ਮੁਹੱਬਤ ਕਰ ਲਈ ਸੀ ਆਪੇ ਮਜੀ ਉਹਨਾਂ ਨਾਲ ਅੱਛਾ ਮਤਲਬ ਦੋ ਅਸੀਂ ਤੁਹਾਨੂੰ ਸਿਰਫ ਇਹ ਆ ਕਿ ਤੁਸੀਂ ਡਿਮਾਂਡ ਕਰ ਛੱਡਿਆ ਡਿਮਾਂਡ ਕਰਦੇ ਆ ਆਪੇ ਚਲੋ ਅੱਲਾਹ ਖੈਰ ਕਰੇ ਅੱਗੇ ਆ ਦੂਸਰੇ ਨੰਬਰ ਤੇ ਜੋਟੀ ਇਹ ਵੀ ਟੋਕੜ ਹੈ ਹਾਂਜੀ ਇਹਦੇ ਥੱਲੇ ਕੱਟੀ ਹੈ ਜੀ ਕੱਟੀ ਹੈ ਦੇ ਮਗਰ ਹੈ ਜੀ ਟੋਕੜ ਇਹ ਵੀ ਹੈ ਤੇ ਸੂਈ ਨੂੰ ਇਹਨੂੰ ਕਿਨੇ ਦੇ ਨੋਗਣ ਤੈਨੂੰ ਕਿ ਫਾਦਰ 7 ਮਹੀਨੇ ਤੋਂ 8 ਮਹੀਨੇ ਦਾ ਰਾਉਂਡ ਬੋਟੋ ਕੱਟੀ ਮਜ਼ੀਦ ਵੇਖਣਿਆ ਨਾ ਤਾਂ ਦੋਸਤੋ ਇਹ ਆਈਡੀਆ ਲਾ ਲੈ ਸਨ ਅੱਲਾਹ ਖਿਆਰ ਕੇ ਇਹਦੇ ਕੋਲ ਦੁੱਧ ਇਹਦੇ ਕੋਲ 6 ਕਿਲੋ ਪੱਕਾ ਜੇ ਰਹਿਣਾ ਦੋਨਾਂ ਟਾਈਮਾਂ ਦਾ ਚੋਏ ਦੋਨਾਂ ਟਾਈਮਾਂ ਦਾ 6 ਕਿਲੋ ਇਹ ਤਾਂ ਮਿਲਦੀ ਕਿਵੇਂ ਮਿਲਦੀ ਕੱਚੀ ਤੇ ਵੀ ਹੈ ਬਾੜੇ ਤੇ ਵੀ ਹੈ ਅੱਛਾ ਦੋਵੇਂ ਦੋਵੇਂ ਕੰਮ ਹੀ ਆਣ ਜਿਹੜੇ ਤੇ ਮਰਜ਼ੀ ਤੁਸੀਂ ਕੱਟੀ ਤੇ ਚੋਲ ਲਵੋ ਤਾਂ ਵੀ ਅਗਰ ਦੂਸਰਾ ਬਾੜੇ ਤੇ ਚੋਲ ਲਵੋ ਇਹਨੂੰ ਤਾਂ ਨਹੀਂ ਕੋ ਟੀਕਾ ਲਾਉਂਦੇ ਨੇ ਠੀਕ ਹੈ ਕੋਈ ਨਹੀਂ ਠੀਕ ਹੋ ਗਿਆ ਕੱਟੀ ਵੀ ਮਾਸ਼ਾਅੱਲਾ ਜੋਟੀ ਹੈ ਜੀ ਪੂਰੀ ਹਾਂਜੀ ਇਹ ਦੋਸਤ ਵੇਖਣ ਅੱਲਾ ਖੈਰ ਕਰੇ ਤੇ ਕੱਟੀ ਤੇ ਵੀ ਚੁਆਈ ਹੁੰਦੀ ਨੇ ਅਗਰ ਕੋਈ ਦੋਸਤ ਇਹਦੇ ਤੇ ਝੋਟੀ ਤੇ ਚੁਆਈ ਕਰਨਾ ਚਾਵੇ ਤੇ ਇਹਦੇ ਤੇ ਦੋ ਮੱਜਾਂ ਅੱਲਾ ਖੈਰ ਕਰੇ ਹਾਂਜੀ ਤੇ ਇਹਦੀ ਕੀ ਰੁਟੀਨ ਹੈ ਥਣਾ ਦੀ ਕੋਈ ਵੈਲ ਸ਼ਾਲ ਕੋ ਕਿਸੇ ਕਿਸਮ ਦਾ ਮਸਲਾ ਠੀਕ ਹੋ ਗਿਆ ਅੱਲਾ ਪਾਕ ਖੈਰ ਕਰੇ ਇਹਦਾ ਹੁਣ ਕੀ ਮੋਲ ਉਹਨਾਂ ਤੁਹਾਨੂੰ ਦੱਸਿਆ ਵੀ ਇਹਦਾ ਕਿਲਾ 2 ਲੱਖ ਤੇ 60000 ਰੁਪਏ ਇਸ ਜੁੜੇ ਅੱਛਾ ਜੀ ਪੈਕੇਜ ਦੋਸਤਾਂ ਵਾਸਤੇ ਜੋੜਾ ਹੀ ਹੈ ਜੋਟੀ ਵੀ ਮਾਸ਼ਾਅੱਲਾ ਪੂਰੀ ਹੁਣ ਮੱਝ ਬਣੀ ਖਲੋਤੀ ਅੱਲਾਹ ਖਾਰ ਕਰੇ ਹੋਰ ਕੁਝ 6 ਮਹੀਨੇ ਮਾਸ਼ਾਅੱਲਾ ਜੀ ਚਲੋ ਅੱਲਾਹ ਖਾਰ ਕਰੇ ਤੇ ਇਹਦੇ ਚ ਕੋਈ ਛੜ ਛੜਾ ਵਾਲੀ ਗੱਲ ਭਾਈ ਜ਼ਫਰ ਆਪੇ ਹੀ ਕਰ ਲੈ ਸੰਗ ਠੀਕ ਹੋ ਗਿਆ ਜੀ ਦੋਸਤੋ ਮਾਸ਼ਾਅੱਲਾ ਜਾਨਵਰ ਹਨ ਦੋ ਅੱਲਾਹ ਖਾਰ ਕਰੇ ਦੋਵੇਂ ਟੋਕੜਾ ਹਨ ਤੇ ਅੱਗੇ ਬਣਨ ਵਾਲੀਆਂ ਨਾ ਕਰ ਕੋ ਦੋਸਤ ਮਿਹਨਤ ਕਰਦਾ ਨਾ ਜਾਂ ਖੁਰਾਕ ਪੰਦਾ ਤੇ ਅੱਲਾ ਪਾਕ ਦੇ ਹੁਕਮ ਨਾਲ ਜੋਟੀਆਂ ਦੋਵੇਂ ਬਿਲਕੁਲ ਮਾਸ਼ਾਅੱਲਾ ਆਵਣ ਵਾਲੇ ਵਕਤ ਦੀਆਂ ਚੰਗੇ ਸੁਣੀਆਂ ਤੇ نسل ਜਾਤ ਵਾਲੀਆਂ ਤੇ ਫਾਇਦੇਮੰਦ ਮੱਝਾਂ ਬਣਾਣ ਵਾਲੀਆਂ ਫਾਇਦਾ ਵੀ ਦੇਵਣ ਵਾਲੀਆਂ ਮਤਲਬ ਵੇਚਣ ਵਾਸਤੇ ਤੇ ਗਰ ਚੋਣ ਪੀਵਣ ਵਾਸਤੇ ਵੀ ਮਾਸ਼ਾਅੱਲਾ ਤਸੱਲੀ ਵਾਲੀਆਂ ਅੱਲਾ ਖਾਰ ਕਰ ਪੱਕਾ ਦੋ ਦੱਸ ਜਿਹੜਾ ਅਸੀਂ ਆਠ ਜਿਹੜਾ ਚੁਆਈ ਕਰਦੇ ਪਿਆ ਚੁਆਈ ਕਰਦੇ ਪਿਆ ਐਵੇਂ ਗੱਲ ਨਹੀਂ ਕੀਤੀ ਵੀ ਇਹ ਦੱਸੇ ਤੇ ਫਲਾਣਾ ਦੇ ਦੇਗੇ ਹਾਂਜੀ ਠੀਕ ਹੋ ਗਿਆ ਜੀ ਅੱਲਾ ਪਾਕ ਖਾਰ ਕਰੇ ਚਲੋ ਜੀ ਆਪਣਾ ਬੰਨੋ ਅੱਲਾ ਪਾਕ ਖੈਰ ਕਰੇ ਬਾਕੀ ਮਜ਼ੀਦ ਜਿਹੜੇ ਕੋ ਕਮੀ ਬੇਸ਼ੀ ਵਾਲੀਆਂ ਗੱਲਾਂ ਬਾਤਾਂ ਜਾਂ ਕੋ ਮਜ਼ੀਦ ਡਿਟੇਲ ਹੋ ਦੋਸਤ ਭਾਈ ਜ਼ਫਰ ਦੇ ਕੋਲੋਂ ਲੈ ਸਕਦੇ ਜੀ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇ ਹੋਏ ਜਿਆਦਾ ਤੱਕ